ਦੁਨੀਆ ਭਰ ਦੇ ਜਵਾਕ ਕਾਲਜ ਪੜ੍ਹਨ ਆਉਂਦੇ ਆ ਤੇ ਸਾਨੂੰ ਜੱਟਾਂ ਦੇ ਜਵਾਕਾਂ ਨੂੰ ਐਂ ਲੱਗਦਾ ਵੀ ਜਿਵੇਂ ਸਾਨੂੰ ਘਰਦੇ ਨੇ ਤੇ ਨੌਂ ਪਸੰਦ ਕਰਨ ਲਈ ਘੱਲਿਆ ਹੁੰਦਾ। ਖਿੱਚਦੇ ਵੀਰਾ ਬਣ ਕੇ ਪਿਆਲਾ ਉਹ ਤੂੰ ਰਿਕਸ਼ਾ ਰੋਕ ਮੈਂ ਪੈਸੇ ਨਹੀਂ ਦੇਣੇ ਸਰਦਾਰਾ ਦੱਬੀ ਰੱਖ ਪੈਸੇ ਜਿੰਨੇ ਮਰਜ਼ੀ ਵੀਰਾ ਬਣ ਕੇ ਚੱਲ ਜੇ ਨਹੀਂ ਰੱਖਣੇ ਘਰ ਜਾ ਕੇ ਆਟੇ ਪਿਆਲੀ ਤੈਨੂੰ ਪਤਾ ਕੱਲ ਜਦੋਂ ਮੈਂ ਮੋਟਰ ਤੇ ਪਾਣੀ ਲਈ ਜਾਂਦਾ ਸੀ ਮੈਨੂੰ ਤੇਰੀ ਯਾਦ ਆਈ ਤੇ ਮੇਰੇ ਪੈਰ ਤੇ ਕਈ ਵੱਜ ਗਈ ਪਤਾ ਬਸ ਕਰ ਬਹੁਤੇ ਡਰਾਮੇ ਨਾ ਕਰ ਤੂੰ ਮੈਨੂੰ ਪਸੰਦ ਆ ਲਓ ਜੀ ਆ ਆ ਗਈ ਕੁੜੀ ਛੇਤੀ ਕਰੋ ਆਪਾਂ ਨਾ ਚਾਹ ਪਾਣੀ ਪਿੱਛੋਂ ਪਹਿਲਾਂ ਸ਼ਗਨ ਪਾਉਂਦੇ ਆ ਬੇਬੇ ਬਾਈ ਹੈ ਅਸ਼ਾਂਤੀ ਨੇ ਚਿੱਠੀ ਭੇਜੀ ਸੀ ਬਾਈ ਵਾਸਤੇ ਸ਼ਾਂਤੀ ਦੀ ਚਿੱਠੀ ਪੜ੍ਹ ਕੇ ਸੁਣਾ ਕੀ ਲਿਖਿਆ ਨਿੱਕੇ ਬੇਬੀ ਮੈਂ ਲੱਸੀ ਦੇ ਬਹਾਨੇ ਗੇੜੇ ਮਾਰਦੀ ਰਹਿਣੀ ਆ ਤੇਰੇ ਤੋਂ ਦੂਰ ਆਉਣ ਲਈ ਜੀ ਨਹੀਂ ਕਰਦਾ ਤੇਰੀ ਮਿੱਠੀ ਚੀਜ਼ੀ ਸ਼ਾਂਤੀ ਹੋਠ ਮੁੰਡਾ ਤਾਂ ਰੂੜੀ ਤੇ ਡਿੱਗ ਪਿਆ ਬਾਪੂ ਮੈਂ ਉੱਥੇ ਵਿਆਹ ਨਹੀਂ ਕਰਾਉਣਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਸ਼ਾਂਤੀ ਨਾਲ ਵਿਆਹ ਕੌਣ ਫਿਰਦਾ ਹੈ ਬੇਬੇ ਆਪਣਾ ਪੱਕਾ ਹੈ ਆਪਾਂ ਘਰ ਸ਼ਾਂਤੀ ਰੱਖਣੀ ਆ ਤੋ ਪਿਆਰ ਕਰਨੇ ਵਾਲੋਂ ਕੋ ਜਬ ਜਬ ਦੁਨੀਆ ਤੜਪਾਏ ਜੀ ਖੜ ਜਾ ਤੇਰੇ ਮੈਂ ਮੁਹੱਬਤ ਵੜਤੀ ਜਾਏ ਜੀ ਵਿਆਹ ਤੋਂ ਬਾਅਦ ਆਪਾਂ ਘੁੰਮਣ ਜਾਵਾਂਗੇ ਕੋਈ ਨਾ ਮੈਂ ਮਨਾ ਲੂੰਗਾ ਬੇਬੇ ਨੂੰ ਜਵਾਕਾਂ ਦੇ ਨਾਂ ਵੀ ਮੈਂ ਹੀ ਰੱਖੂੰਗੀ ਪੱਕੇ ਤੂੰ ਰੱਖ ਲਈ ਕੱਚੇ ਮੈਂ ਰੱਖੂੰਗਾ ਤੈਨੂੰ ਪਤਾ ਵੀ ਕਿੱਥੇ ਗਏ ਨੇ ਮੈਥੋਂ ਕਿਹੜਾ ਵੀਜ਼ਾ ਲਵਾ ਕੇ ਗਿਆ ਤੈਨੂੰ ਸਭ ਪਤਾ ਹੈ ਤੂੰ 100 ਕੁੱਤਿਆਂ ਦਾ ਕੁੱਤਾ ਹੈ ਇੱਕ ਤਾਂ ਬੇਬੇ ਪਤਾ ਨਹੀਂ ਕੀ ਤੜਕੇ ਤੜਕੇ ਤੂੰ ਭਰਿੰਡਾ ਖਾ ਲੈਣੀ ਆ ਬਹੁਤ ਕੌੜਾ ਬੋਲਦੀ ਆ ਲੱਗਦਾ ਭਰਿੰਡਾ ਦਾ ਖਾਂ ਸੜੇ ਨਾ ਖਾਲੀ ਮੈਂ ਤੋਂ ਬੀਬੀ 5 ਦਿਨਾਂ ਬਾਅਦ ਵਿਆਹ ਕਹਿੰਦੀ ਆ ਕਹਿੰਦੇ ਉਹਨਾਂ ਨੂੰ ਸਾਡੀ ਹਾਂ ਹੈ ਬੇ ਮੈਜਰਾ ਬੇ ਮੁੰਡਾ ਭੱਜ ਗਿਆ ਵੇ ਕਰੋ ਦਰਵਾਜ਼ਾ ਖੋਲ ਮੈਨੂੰ ਇਹ ਦੱਸ ਤੇਰੀ ਸ਼ਾਂਤੀ ਕਿੱਥੇ ਹੈ ਉਹ ਤਾਂ ਆਪਦੇ ਨਾਨਕੇ ਗਈ ਹੋਈ ਹੈ ਤੇਰੀ ਮਾਂ ਦਾ ਸਿਰ ਸਾਡੇ ਜਵਾਕ ਨੂੰ ਭਜਾ ਕੇ ਲੈ ਗਈ ਹੈ ਹੈਲੋ ਬੀਬੀ ਹਾਂ ਨਿੱਕੇ ਦੇ ਸਾਰਿਆਂ ਦਾ ਫੋਨ ਸੀ ਕਹਿੰਦੇ ਆ ਨਿੱਕਾ ਆਪਣੀ ਛੋਟੀ ਸਾਲੀ ਲੈ ਕੇ ਭੱਜ ਗਿਆ ਹੈ ਵੇ ਮੈਂ ਨਿੱਕਾ ਦੋ ਲੈ ਕੇ ਭੱਜ ਗਿਆ ਗੰਦੀ ਔਲਾਦ ਤੇਰੀ ਸਪਰੇਅ ਕਿੱਥੇ ਹੈ ਮਰਨਾ ਮੈਂ ਚੱਲ ਪੀ ਛੇਤੀ ਕਰ ਕੰਮ ਨਿਬੇੜ